ਪੰਜਾਬ ਦੇ ਟਰਾਂਸਪੋਰਟ ਮੰਤਰੀ ਐਕਸ਼ਨ ਮੂਡ ਦੇ ਵਿੱਚ ਨੇ। ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ। ਕਿਤੇ ਉਹ ਬੱਸਾਂ ਦੇ ਵਿੱਚ ਸਫ਼ਰ ਕਰਕੇ ਮੁਸਾਫਰਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਨੇ ਤੇ ਕਿਤੇ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਕੋਸ ਰਹੇ ਨੇ ਤੇ ਕਿਤੇ ਨਾਜਾਇਜ਼ ਤਰੀਕੇ ਨਾਲ ਚੱਲ ਰਹੀਆਂ ਬੱਸਾਂ ਤੇ ਵੱਡੀ ਕਾਰਵਾਈ ਦੀ ਗੱਲ ਕਰ ਰਹੇ ਨੇ। ਇਸ ਦੇ ਮੱਦੇਨਜ਼ਰ ਅੱਜ ਸਵੇਰੇ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਬੱਸ ਅੱਡੇ ਦਾ ਦੌਰਾ ਕੀਤਾ ਗਿਆ, ਸਫਾਈ ਵਿਵਸਥਾ ਦਾ ਜਾਇਜ਼ਾ ਲਿਆ। ਸਫਾਈ ਮੁਹਿੰਮ ਨੂੰ ਲੈ ਕੇ ਬੱਸ ਅੱਡੇ ਤੇ ਪਿਆ ਕੂੜਾ ਕਰਕਟ ਖੁਦ ਆਪਣੇ ਹੱਥਾਂ ਨਾਲ ਚੁੱਕਦੇ ਨਜ਼ਰ ਆਏ। ਉਹਨਾਂ ਨੇ ਰੋਡਵੇਜ਼ ਅਤੇ PRTC ਦੇ GMs ਨੂੰ ਇਸ ਸੰਬੰਧੀ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੱਸ ਅੱਡੇ ਤੇ ਰੋਜ਼ਾਨਾ ਸਫਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਅੱਗੇ ਤੋਂ ਸਫਾਈ ਨੂੰ ਲੈ ਕੇ ਕੋਈ ਵੀ ਕੋਤਾਹੀ ਹੋਈ ਤਾਂ GMs ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ। ਹਾਲਾਂਕਿ ਟਰਾਂਸਪੋਰਟ ਮੰਤਰੀ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੀਆਂ ਉਹ ਬੱਸਾਂ ਜੋ ਨਾਜਾਇਜ਼ ਢੰਗ ਦੇ ਨਾਲ ਪੂਰੇ ਪੰਜਾਬ ਸਮੇਤ ਚੰਡੀਗੜ੍ਹ ਦੇ ਵਿੱਚ ਚੱਲ ਰਹੀਆਂ ਨੇ, ਉਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਬਣਦੀ ਹੈ। ਪਰੰਤੂ ਜੇਕਰ ਗੱਲ ਕਰੀਏ ਨਵੇਂ ਬਣੇ ਟਰਾਂਸਪੋਰਟ ਮੰਤਰੀ ਦੀ ਤਾਂ ਉਹ ਐਕਸ਼ਨ ਮੋਡ ਦੇ ਵਿੱਚ ਜ਼ਰੂਰ ਵਿਖਾਈ ਦੇ ਰਹੇ ਨੇ। ਠੇਕੇਦਾਰ ਹੈ ਉਹ ਕਾਫੀ ਨਲਾਇਕ ਮੇਰੇ ਕੋ ਲਗਾ। ਉਹ 12 ਬੰਦੋ ਕੀ ਬਾਤ ਕਰ ਰਹਾ ਹੈ, ਕਹਿ ਰਿਹਾ ਕਿ ਮੇਰੇ ਕੋ ਅੱਡੇ ਕੇ ਪਾਸ ਦੋ ਹੀ ਰੇੜੀਆਂ ਹੈ। ਮੇਰੇ ਕੋ ਲਗਤਾ ਹੈ ਕਿ ਟ੍ਰਾਂਸਪੋਰਟ ਮਾਫੀਆ ਤੋਂ ਕਹੀਂ ਨਾ ਕਹੀਂ ਹੈ, ਇਹ ਸਫਾਈ ਮਾਫੀਆ ਵੀ ਮੇਰੇ ਕੋ ਲੱਗ ਰਿਹਾ ਕਿ ਹੈ, ਠੇਕੇਦਾਰ ਸਿਸਟਮ ਜੋ ਹੈ, ਤੋ ਇਸਕਾ ਸੁਧਾਰ ਕਰੇਂਗੇ। ਅੱਜ ਮੈਂ ਆਇਆ ਹੂੰ ਪਹਿਲੀ ਬਾਰ ਪੂਰੇ ਪੰਜਾਬ ਮੇ 100% ਨਾ ਸੋਏਂਗੇ ਨਾ ਸੋਏਂਗੇ ਨਾ ਸੋਨੇ ਦੇਂਗੇ। ਬਿਊਰੋ ਰਿਪੋਰਟ NC7 ਨਿਊਜ਼।